ਕੱਲ ਇੰਡੀਆ ਮੈਚ ਜਿੱਤ ਗਈ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਪਹਿਲੇ ਜਿਹੜੀ ਜਿੱਦਣ ਪਹਿਲਾ ਮੈਚ ਹੋਊਗਾ ਉਦੋਂ ਤੇਰਾ ਮੋਬਾਈਲ ਸਾਡੇ ਕੋਲ ਜ਼ਬਤ ਹੋਊਗਾ ਲੋ ਜੀ ਆ ਪੱਕ ਦੇ ਬੱਤੇ ਤਾਂ ਸਾਡੇ ਨੇੜੇ ਹੀ ਸਰ ਜਾਂਦਾ ਜਿਵੇਂ ਸਾਹਮਣੇ ਹੀ ਲੱਗੇ ਹੋਏ ਆ ਨਾ ਤੂੰ ਛੱਡ ਦੇ ਨਾ ਚਾਹ ਛੱਡ ਦੇ ਪਾ ਕੇ ਬਠਿੰਡੇ ਵਾਲੇ ਗਾ ਛੱਡ ਦੇ ਹੈਲੋ ਫਰੈਂਡ ਗੁੱਡ ਮਾਰਨਿੰਗ ਉਮੀਦ ਹੈ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਤੇ ਅੱਜ ਹੈਗਾ ਜੀ ਪਹਿਲਾ ਨਰਾਤਾ ਤੇ ਇਹਨਾਂ ਨੇ ਜੋਤ ਜਗਾਤੀ ਜਿਵੇਂ ਕਿ ਤੁਹਾਨੂੰ ਪਿਛਲੇ ਵਲੌਗ 'ਚ ਤੁਸੀਂ ਦੇਖਿਆ ਹੋਣਾ ਆਪਾਂ ਮੰਦਿਰ ਇੱਧਰ ਚੱਕ ਲਿਆਂਦਾ ਹੁਣ ਦੂਸਰੇ ਸਥਾਨ 'ਤੇ ਤੇ ਜੋਤ ਇਹਨਾਂ ਨੇ ਜਗਾਤੀ ਹੁਣ ਇਹ ਲੱਡੂ ਗੋਪਾਲ ਜੀ ਨੂੰ ਇਸ਼ਨਾਨ ਕਰਾ ਰਹੇ ਨੇ ਤੇ ਦੇਖੋ ਮੰਦਿਰ ਪੂਰਾ ਵਧੀਆ ਜਚਾ ਥਾ ਅੱਜ ਇਹਨਾਂ ਨੇ ਦੱਸਿਓ ਕਮੈਂਟ 'ਚ ਕਿਵੇਂ ਲੱਗਿਆ ਤੁਹਾਨੂੰ ਸਾਰੀ ਸੈਟਿੰਗ ਪੂਰੀ ਵਧੀਆ ਕਰਤੀ ਇਹਨਾਂ ਨੇ ਇੱਥੇ ਲੱਡੂ ਗੋਪਾਲ ਜੀ ਨੂੰ ਵਿਰਾਜਮਾਨ ਕਰ ਦਾਂਗੇ ਆਪਾਂ ਨਾਲ ਹੀ ਟੇਬਲ ਇਹਨਾਂ ਦਾ ਲਾਤਾ ਦੇਖੋ ਲੱਡੂ ਗੋਪਾਲ ਜੀ ਵੀ ਸਾਡੇ ਰੈਡੀ ਹੋ ਗਏ ਬਹਿ ਕੇ ਦੇਖੋ ਸੁੰਦਰ ਲੱਗ ਰਹੇ ਨੇ ਨਾ ਵਾਈਟ ਡਰੈਸ 'ਚ ਜੈ ਹੋ ਲੱਡੂ ਗੋਪਾਲ ਜੀ ਰਾਖੀ ਬਣਾਈ ਜਾਂਦੀ ਹੈ ਸਬਜ਼ੀ ਸਾਡੇ ਵਾਸਤੇ ਦਾਲ ਧਰੀ ਹੈ ਇੱਧਰ ਬਣਾ ਰਹੀ ਹੈ ਦਲੀਆ ਮੰਮੀ ਵਾਸਤੇ ਹਲਕਾ ਫੁਲਕਾ ਅਤੇ ਅੱਜ ਆਟੇ ਵਾਲਾ ਬ੍ਰੈਡ ਲਿਆਂਦਾ ਸੀਗਾ ਮੈਂ ਜਾ ਕੇ ਅਤੇ ਆਹ ਦੇਖੋ ਐਂ ਫਰਿੱਜ ਦਾ ਮੂੰਹ ਇੱਧਰ ਨੂੰ ਕਰਤਾ ਹੁਣ ਅਸੀਂ ਸਹੀ ਲੱਗਦਾ ਨਾ ਕਿਉਂਕਿ ਐਂ ਨਾ ਪਹਿਲਾਂ ਫਰਿੱਜ ਦਾ ਮੂੰਹ ਇੱਧਰਲੇ ਪਾਸੇ ਸੀਗਾ ਗਾਈਸ ਫਿਰ ਜਦੋਂ ਬੰਦਾ ਇੱਥੋਂ ਆ ਕੇ ਖੋਲੂਗਾ ਫਰਿੱਜ ਐਂ ਕਰਕੇ ਤਾਂ ਦੇਖੋ ਪੈਰ ਇੱਥੇ ਤੱਕ ਆ ਜਾਂਦੇ ਆ ਅਮੰਦਰ ਕੋਲ ਤਾਂ ਕਰਕੇ ਅਸੀਂ ਮੂੰਹ ਇੱਧਰ ਹੀ ਕਰਤਾ ਕਿ ਹਾਂ ਬਈ ਹੁਣ ਬੰਦਾ ਇੱਥੋਂ ਹੀ ਫਰਿੱਜ ਖੋਲ ਲੂਗਾ ਸਿੱਧਾ ਅਤੇ ਸਮਾਨ ਲੈ ਲੂਗਾ ਜਿਹੜਾ ਲੈਣਾ ਹੋਇਆ ਮੰਮੀ ਸੁੱਤੇ ਪਏ ਨੇ ਖਾ ਕੇ ਮੰਮੀ ਸੋ ਗਏ ਸੀ ਬ੍ਰੈਡ ਅਤੇ ਰਾਖੀ ਨੇ ਕੱਪੜੇ ਕੁੱਪੜੇ ਧੋਤੇ ਆ ਸਾਰਾ ਕੁਛ ਕੀਤਾ ਇਹਨੇ ਹਾਲੇ ਤੱਕ ਵਿਹਲੀ ਨਹੀਂ ਹੋਈ ਵਿਚਾਰੀ ਬਹੁਤ ਕੰਮ ਕਰਦੀ ਹੈ ਬੋਲਣਾ ਹਾਂ ਕਰ ਲੋ ਜੇ ਕਰ ਲੋ ਕਰ ਲੋ ਉੱਠ ਜਾਓ ਹੁਣ ਐਂ ਕਰ ਲੈ ਜੇ ਕਰ ਲੋ ਕਰ ਲੋ ਗਾਲਾਂ ਹੀ ਹੋ ਗਈਆਂ ਤੇ ਆਪਾਂ ਕਰਕੇ ਆਉਂਦੇ ਸੀਗੇ ਲੈਪਟੋਪ ਦੇ ਵੀ ਥੋੜ੍ਹੀ ਸੈਟਿੰਗ ਆਪਦੇ ਪੇਜ ਵਗੈਰਾ ਦੀ ਉਹਦੀ ਸੈਟਿੰਗ ਚੱਲੀ ਜਾਂਦੀ ਹੈ ਇਹ ਸੀ ਕਿ ਮੈਂ ਨਾ ਮੈਂ ਬੰਡਲ ਖਰੀਦਿਆ ਸੀਗਾ ਉਹ ਬੰਡਲ ਦੇ ਵਿੱਚ ਨਾ ਕਾਫੀ ਸੀਗੀਆਂ ਮਤਲਬ ਵੀਡੀਓ ਟ੍ਰਾਂਜੈਕਸ਼ਨ ਹੈ ਇੰਟਰਲੋਗੋ ਵਗੈਰਾ ਨੇ ਪਰ ਉਹ ਬੰਡਲ ਲੈ ਤਾਂ ਲਿਆ ਪਰ ਜਿਹੜਾ ਬੰਡਲ ਉਹ ਸੈਟਅਪ ਹੈ ਉਹ .exe ਹੈ ਪਰ ਜਿਹੜੀ ਮੇਰੇ ਕੋਲ ਫਾਈਲ ਹੈ ਉਹ ਮੈਕ ਹੈ ਮੇਰੇ ਕੋਲ ਮੈਨੂੰ ਚਾਹੀਦੀ .dmg ਫਾਈਲ ਸੋ ਉਹਦੇ ਕਰਕੇ ਚੱਕਰ ਪਿਆ ਹੋਇਆ ਅਡੋਬ ਜਿਹੜਾ ਫੋਟੋਸ਼ੋਪ ਹੈ ਉਹ ਮੇਰੇ ਕੋਲ ਜਿਹੜਾ ਡਾਊਨਲੋਡ ਹੋਇਆ ਬੰਡਲ ਦੇ ਵਿੱਚ ਉਹ ਜਿਹੜਾ ਵਿੰਡੋਜ਼ ਵਾਸਤੇ ਹੈ ਇਹਦੇ ਵਾਸਤੇ ਹੈ ਨਹੀਂਗਾ ਇਹਦੇ ਵਾਸਤੇ ਲੱਭੀ ਜਾਂਦਾ ਪਰ ਮਿਲ ਨਹੀਂ ਰਿਹਾ ਫ੍ਰੀ ਸਾਰਾ ਪੇਡ ਮਿਲ ਰਿਹਾ ਸੋ ਦਿੱਕਤ ਹੋਈ ਵੀ ਹੈ ਕਿਉਂਕਿ ਮੈਨੂੰ ਇੰਟਰੋ ਲੋਗੋ ਚੇਂਜ ਕਰਨਾ ਸੀਗਾ ਬੜੇ ਘੈਂਟ ਘੈਂਟ ਇੰਟਰੋ ਲੋਗੋ ਨੇ ਮੇਰੇ ਕੋਲ ਸੋ ਐਡਿਟ ਕਰਕੇ ਉਹਨਾਂ ਨੂੰ ਲਾਉਣਾ ਸੀਗਾ ਅਤੇ ਉਦੋਂ ਹੀ ਮੱਥਾ ਮਾਰੀ ਜਾਂਦਾ ਸਵੇਰ ਦਾ ਲੱਗਿਆ ਹੋਇਆ 3 ਘੰਟੇ ਹੋ ਗਏ ਪਰ ਸਫਲਤਾ ਨਹੀਂ ਮਿਲੀ ਹਾਲੇ ਤੱਕ ਮੈਨੂੰ ਚਲੋ ਜਲਦੀ ਮਿਲ ਜੂਗੀ ਵੈਸੇ ਮੈਂ ਆਪਣੇ ਫਰੈਂਡ ਨੂੰ ਕਿਹਾ ਅਤੇ ਕੋਲੋਂ ਕਿਹਾ ਮਾਸੀ ਦੇ ਮੁੰਡੇ ਨੂੰ ਅੰਕੁਸ਼ ਨੂੰ ਮੈਂ ਕਿਹਾ ਯਾਰ ਕਰਕੇ ਦੇ ਮੇਰਾ ਹੱਲ ਉਹ ਕਰਕੇ ਦਊਗਾ ਹੱਲ ਪਹਿਲਾਂ ਬਈਆ ਮੈਂ ਕਰਕੇ ਦੇਣਾ ਹੱਲ ਤੁਹਾਡਾ ਜੇ ਹੁੰਦਾ ਹੋਇਆ ਤਾਂ ਠੀਕ ਹੈ ਨਹੀਂ ਵੀ ਜਿਹੜਾ ਦੂਜਾ ਲੈਪਟੋਪ ਹੈ ਮੇਰੇ ਕੋਲ ਡੈੱਲ ਕੰਪਨੀ ਵਾਲਾ ਉਹਦੇ ਵਿੱਚ ਆਪਾਂ ਇੰਸਟਾਲ ਕਰ ਲਾਂਗੇ ਫੋਟੋਸ਼ੋਪ ਅਤੇ ਜਿਹੜਾ ਆਪਣਾ ਇੰਟਰੋ ਲੋਗੋ ਤਿਆਰ ਕਰਨਾ ਫਿਰ ਉਹਦੇ ਵਿੱਚ ਕਰ ਲਾਂਗੇ ਦੇਖਦੇ ਹਾਂ ਹਲੇ 1 ਵਜੇ ਹੈ 2 ਵਜੇ ਉਹਨੂੰ ਛੁੱਟੀ ਹੋਣੀ ਹੈਗੀ ਕਿਉਂਕਿ ਹੋਸਪਿਟਲ 'ਤੇ ਇਸ ਟਾਈਮ ਉਹ ਅਤੇ 3 ਵਜੇ ਉਹ ਘਰ ਆਊਗਾ ਫਿਰ 3 ਵਜੇ ਆ ਕੇ ਖਾ ਪੀ ਕੇ 4 ਵਜੇ ਤੱਕ ਦੱਸੂਗਾ ਕਿ ਹੁੰਦਾ ਹੱਲ ਕਿ ਨਹੀਂ ਹੁੰਦਾ ਸੋ ਗਾਈਸ ਹੁਣ ਆਪਾਂ ਚੱਲਦੇ ਹਾਂ ਆਪਣੀ ਸ਼ੋਪ ਕਿਡਜ਼ ਵਿਲਾ 'ਤੇ 1 ਵੱਜ ਗਿਆ ਉੱਥੇ ਲਾ ਕੇ ਆਉਂਦੇ ਹਾਂ ਘੰਟਾ ਜਾਂਦੇ ਹਾਂ ਰਮੀਤ ਕੋਲ ਮੰਮੀ ਸੁੱਤੇ ਪਏ ਆ ਰਾਖੀ ਕੰਮ ਕਰੀ ਜਾਂਦੀ ਹੈ ਬੰਬਲ ਬੀ ਤੇ ਜਾਵਾਂਗੇ ਲਓ ਜੀ ਪਹੁੰਚ ਗਏ ਆਪਾਂ ਕਿਡਜ਼ ਵਿਲਾ ਤੇ ਬ੍ਰੇਕ ਆਊਟ ਦੋਨਾਂ ਦੇ ਚੱਲਦੇ ਹਾਂ ਆਪਾਂ ਅੰਦਰ ਹੈਲੋ ਗਾਈਸ ਹਾਊ ਆਰ ਯੂ ਹੈਲੋ ਗਾਈਸ ਗਾਈਸ ਹੈਲੋ ਹਾਊ ਆਰ ਯੂ कल इंडिया मैच जीत गए इस बार थोड़े की विचार है रोज आते हैं इस उम्मीद पे आज जीतेंगे कल जीतेंगे परसों जीतेंगे रोज हारते हैं
अरे कहना क्या चाहते हो? ओके बस मेरे बस बस बड़ी अंग्रेजी होगी। अच्छा हुण इहदा मोरल की निकलिया, जिथे चाह उथे रहा। तू समझा? हाँ नहीं तू समझा नहीं। अच्छा फिर ठीक है, चाल बजाया नहीं। अरे वादा है वादा, खेडेंगे बैट बॉल हम तुमसे ज्यादा। कोरे कोरे सपने मेरे बरसों से थे कितने अधूरे। इंजमामों हक हमारे साथ जाएंगे। ये आपके जो पीछे बैठे हैं जोंटी रोड, जोंटी रोड केड़े होगा साउथ अफ्रीका जोंटी। तो गाइस करे पहुंच गया मैं, बस हुणे पहुंचे हैं जस्ट बह के गल बात कर। कस्टमर आया सीगा, इधर का कस्टमर डील करे आए, सो हम घर आ गए। साढ़े माता जी ने हम रोटी खा के हटे, दलिया मेरे ख्याल दलिया, हाँ दलिया खा के हटे नमकीन। हूँ देखी जाते टी वी, ये टाइम पास करना। फिर लिया जो चलो फिर बीजिए यार, जो बीजिए है ना, चलो जो बीजिए चल आ जाओ फिर। लो जी हुण असीं बीजांगे जौ। वैसे तां लोकां ने इक दिन पहलां बीजे होंदे, रात नूं रात नूं बीजदे कि सवेरे? हां असीं इक दिन लेट बीज रहे हैं क्योंकि साडे ध्यान च नहीं रहा। हाँ बस ध्यान च नहीं रहा एक तरह का, मम्मी करके उधर दिमाग रहा। हम जो बीजती है राखी फिर पानी कितों भरक लगा मारना अपने डिग गया सी ओए। हाँ चाइना में डोर दी ना, इतनी तो फिरती है, मैं कितों लेके आना है गाइस। बस हूँ आ जानी सर्दियाँ, पतंगा का सीजन आ जाना गा, तो चाइना में डोर जी आए साल कह दें गोरमेंट बन जाए जी, बन जाए जी, बन जाए जी, जिते बनती उतों तो बंद होंगी नहीं, इन्हों तो दुकाना तो छापे मारे जाएंगे कि जिते बनती उ बंद करो। ब्रेती कम लो जी आटा नहीं गुनना। अच्छा मैं आटा गुनन लगी शायद, की पता लगता है मुड़ के फिर रोटियां ला के दे मैनू। पानी और दम लिया हो जाएंगे डर की लगता दस हो गए जो तू बीजी जाना। लै भी हो जाएंगे टेंशन वाला, बेती बिच मिक्स ना करना, बेती उपर बिछा, तू तो बिच ही मिक्स करी जाना, फिर ग्रंडिंग मार लेना फिर कर दा। हाँ हाँ
हाँ हूँ सही है हूँ जो पा के बस उ पानी छिड़का दे चकला चल बस गुजे बीजने फिर हाँ ये बीज दे बस तो गाई सारे ने बीज ले होंगे ना ऑलमोस्ट सारे बीज दे उन्होंने ता एक हिस्सा होंगे त्यौहार का हिस्सा ही हो गया फिर त्यौहार का मत्था टेकता मैंने पता है दशहरे वाले दिन कोई नहीं टेकते गल वक्री है ता मोस्टली तो लोग बीजते ही है इन्हों जो अपने हिंदू समाज के बीजते ही है दशहरा आ रहा हूँ बुराई ते अच्छाई दी जित दा प्रतीक दशहरा ओ है अक्का पत्ते तेरे कोले अपने आ लगे रहे अपने अक्क प्लाट च कोई जाना मम्मी पत्ते इत्थों तोड़ लक्क दे अच्छा बाहर सामने ओ मैं तू ही तोड़ के ले गई भाई मैं नहीं तोड़दा वो बाहर बैठे होंगे लो जी आ पक्क दे पत्ते तो साडे नेड़े ही सर जांदा जमा सामने ही लगे हुए है अक्क दे पत्ते आप टाणियां तोड़ लेने सारी राखी आपे जिन्ने चाहिए हो गए इन्हें ले लेगी वाला बहुत है वैसे तां चल देखिया जी गुआ सामने अक् हो फायदा दूर नहीं जाना पैदा बड़ी है ना देखिए हम भिंडी आई हुई दो एक दो जो बूटे पटते एक बूटे भिंडी हो जाए दो सारा अपने सीजन ही निकल गया बिना भिंडिया तो झाड़ ही होया रहा जिन्होंने देखे थे ब्लॉग पुराने उन्होंने तो पता भाई जे नए देख रहे हैं उन्होंने पता नहीं होना वह देखे साढ़े पुराने ब्लॉगों के साढ़े झाड़ ही सगा ये भिंडिया तो हो नहीं हाथ धोलीए दुध जहा लग गया अक् का हाथ से चलो जी बीज दे भाई क्या बात है शाबाश गाइस हूँ ना बहुत बढ़िया हवा चली जाती है बाहर क्योंकि मौसम का फर्क पैन लग गया शाम को मौसम ठंडा हो जाता और गर्मी वाला माहौल इन्ना रहा नहीं तो असं बैठे हैं बाहर मम्मी कहते भाई थोड़ा चिर बाहर बैठे हैं कमरे च बैठे बैठे बोर हो गए देखो माओ मम्मी बैठे है जी आ राखी बैठी है आ मैं बैठा सो गल्लां बातें करी जाने बैठे राखी का फोन देखी जाती है गलबात करनी थी कोई मम्मी साढ़े वाल देखी जाते हैं ठंड हो पूरी हूं ठंड आला माहौल इना रहा नहीं हले भी नहीं तो लोग इस टाइम कोटी स्वेटर कढ लेंदे सीगे हैना लोइया लैला जाते होंगे अपने ग्राउंड दे विच दशहरा ग्राउंड च हाँ पर हुण मौसम का फर्क पई जांदा ये सारा बस यही ग्लोबल वार्मिंग है गाइस क्योंकि ए सी चली जाते हैं हर घर के दो दो ए सी लगे हुए है तीन तीन लगे हुए है तो हीट मरी जाते हैं जिहड़ा अपना वातावरण है सारा चेंज हो जाता है आने वाले 8-10 सालों के मैं लगता है पंजाब के ठंड लुप्त ही हो जानी है फिर दस्या करांगे जवाकां वाले इत्थे ठंड भी पैंदी हुंदी सी
आपकी क्या राय है इसके बारे में? छड़ दे फोन नू, बाहर आ जा फोन दे विचों, फोन बहुत देखती है, सारा दिन फोन च बड़ी रहती है। हाँ सवेरे रसोई च बड़ी रहती है, फिर रसोई चो बहर निकल सभी फोन च बड़ जाती है। होर की लो जी, राखी ने जगा दी जोत, हुण ओ ला रही ओ तुलसा माता कोले, ओ शाम नू तां चल ला गई। ਇਹਦੀ ਵੀ ਸਫਾਈ ਕਰਨ ਵਾਲੀ ਹੋਈ ਪਈ ਆ ਬਗੀਚੇ ਦੀ, ਹਨਾ ਇਹ ਵੀ ਕਰਦੇ ਆ ਇੱਕ ਅੱਧੇ ਦਿਨ ਚ ਹੁਣ। ਨਹੀਂ ਨਹੀਂ ਦੇਖਦੇ ਆ, ਜਦੋਂ ਕੱਲ ਨੂੰ ਕਰਦਾ ਫਿਰ ਪਰਸੋਂ ਕਰਦਾ, ਸਵੇਰੇ ਸਵੇਰੇ ਲਾ ਲਾਂਗੇ ਝੁੱਟੀ। ਹਾਂ ਘੰਟੇ ਦੀ ਗੱਲ ਹੈ ਸਰ, ਲਾਨੇ ਆ ਝੁੱਟੀ। ਟਾਈਮ ਹੋ ਗਿਆ ਜੀ ਆਪਣਾ 7 ਵੱਜ ਗਏ, ਤੇ ਹੁਣ ਚੱਲਦੇ ਆ ਆਪਾਂ ਸਬਜ਼ੀ ਮੰਡੀ ਦੇ ਵਿੱਚ ਮੰਮੀ ਵਾਸਤੇ ਫਰੂਟ ਲੈਣ ਵਾਸਤੇ। ਹੁਣ ਆਪਾਂ ਉਹ ਵੱਡੀ ਮੰਡੀ ਨਹੀਂ ਜਾਵਾਂਗੇ, ਆਪਾਂ ਜਾਵਾਂਗੇ ਗੋਲ ਡਿੱਗੀ ਵਾਲੇ ਪਾਸੇ, ਉੱਥੋਂ ਲੈ ਕੇ ਆਉਂਦੇ ਹਾਂ ਐਪਲ ਵਗੈਰਾ, ਬਗੋਸ਼ਾ ਦੇਖਦੇ ਹਾਂ ਕੀ ਮਿਲਦਾ, ਉੱਥੇ ਚੱਲਦੇ ਹਾਂ। ਸਿੱਪੂ ਨਾਲ ਜਾਊਗਾ, ਸਿੱਪੂ ਨੂੰ ਜਾ ਕੇ ਪਹਿਲਾਂ। ਵੈਸ਼ਨੋ ਦੇਵੀ ਤੋਂ ਆਪਾਂ ਨੂੰ ਆਏ ਕਿੰਨੇ ਦਿਨ ਹੋ ਗਏ ਦੇਖ ਲਓ, ਹੁਣ ਨਾਰੀਅਲ ਛਿੱਲਣ ਲੱਗੇ ਨੇ, ਐਡੇ ਘੋਲੀ ਬੰਦੇ ਨੇ। ਪਹਿਲਾਂ ਤਾਂ ਨਹੀਂ ਮੰਮੀ ਦਾ ਆਪਰੇਸ਼ਨ ਹੁੰਦਾ, ਹੁਣ 2-3 ਦਿਨ ਹੀ ਹੋਏ ਨੇ। ਦੇਖੋ ਜਮੀ ਨਿੱਕਾ ਜਿਹਾ ਨਾਰੀਅਲ ਹੈ, ਵੈਸ਼ਨੋ ਦੇਵੀ ਨਾ ਇੰਨੇ ਨਿੱਕੇ ਨਿੱਕੇ ਨਾਰੀਅਲ ਮਿਲਦੇ ਨੇ, ਆਪਣੇ ਤਾਂ ਇੱਥੇ ਪੂਰੇ ਵੱਡੇ ਵੱਡੇ ਹੁੰਦੇ ਨੇ ਇਹ ਨਾਰੀਅਲ। ਹਾਂ ਜਮਾ ਨਿੱਕਾ ਜਾਏ ਤੇ ਤੁਹਾਡੇ ਹੱਥ ਚ ਫੜਿਆ ਤਾਂ ਜਮਾ ਨਿੱਕਾ ਲੱਗਦਾ। ਦੇਖੋ ਪਾਣੀ ਤਾਂ ਹੈਗਾ ਮੰਮੀ, ਪਿੱਦੂ ਜਾਏ। ਸੋ ਗਾਈਜ਼ ਟਾਈਮ ਹੋ ਗਿਆ ਜੀ ਆਪਣਾ 9:30, ਅਤੇ ਹੁਣ ਆਪਾਂ ਕਰਦੇ ਹਾਂ ਆਪਣੀ ਐਡੀਟਿੰਗ, ਅਤੇ ਨਾਲ ਖਾ ਰਹੇ ਆਪਾਂ ਮੈਗੀ, ਨਾਲ ਦੇਖ ਰਹੇ ਆਪਾਂ ਟੀਵੀ, ਅਤੇ ਮੰਮੀ ਵੀ ਹੁਣ ਟੀਵੀ ਦੇਖ ਕੇ, ਬਸ ਮੰਮੀ ਕਹਿੰਦੇ ਮੈਨੂੰ ਟੀਵੀ ਦੇਖ ਕੇ ਨੀਂਦ ਆ ਜਾਊਗੀ। ਸੋ ਹੁਣ ਆਪਾਂ ਕਰਦੇ ਆਪਣੇ ਵਲੋਗ ਦਾ ਐਂਡ, ਮਿਲਦਾ ਤੁਹਾਨੂੰ ਨਵੇਂ ਵਲੋਗ ਦੇ ਵਿੱਚ। ਉਮੀਦ ਆ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਹੋਊਗਾ ਜੀ, ਜੇ ਵਧੀਆ ਲੱਗਿਆ ਹੋਊਗਾ ਤਾਂ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ। ਬਾਏ ਬਾਏ, ਗੁੱਡ ਨਾਈਟ, ਟੇਕ ਕੇਅਰ, ਜੈ ਹਿੰਦ। ਨਾ ਚੂ ਛੱਡ ਦੇ, ਨਾ ਚਾਹ ਛੱਡ ਦੇ, ਪਾ ਕੇ ਬਠਿੰਡੇ ਵਾਲੇ ਗਾ ਛੱਡ ਦੇ।